ਨਕਿ ਜਿਨ੍ਹਾਂ ਨੇ ਆਕੇ ਦੋ ਜਹਾਨ ਦੀ ਬੜੀ ਖੂਬਸੂਰਤ ਮਹਿਫਲ ਦਾ ਇਨਕਾਦ ਕੀਤਾ ਔਰ ਜਲਵਾ ਫਿਰੋਜ਼ ਨੇ ਸਰਦਾਰ ਕਰਾਮ ਉਹਨਾਂ ਦੀ ਵੀ ਜ਼ਿਆਰਤ ਫੈਜ਼ਯਾਬ ਹੋ ਰਹੇ ਹਨ। ਸਟੇਜ 'ਤੇ ਖੜੋ ਕੇ ਦਾਅਵੇ ਨਾਲ ਆਖਣਾ ਹੈ ਕਿ ਇਹਨਾਂ ਪਾਕਾਂ ਦੀ ਜ਼ਿਆਰਤ ਕਰਨਾ ਵੀ ਸਵਾਬ। ਇਹ ਉਹ ਹਸਤੀਆਂ ਨੇ, ਅੱਲਾਹ ਕਰੀਮ ਇਹਨਾਂ ਦਾ ਸਾਇਆ ਸਾਡੇ ਸਿਰਨ 'ਤੇ ਕਾਇਮ ਦਾਇਮ ਰੱਖੇ ਔਰ ਮਦੀਨਾ ਸਾਊਂਡ ਸਿਸਟਮ ਮਾਸ਼ਾਅੱਲਾ ਬੜਾ ਖੂਬਸੂਰਤ ਆਪਰੇਟ ਕਰ ਰਹੇ ਹਨ। ਹਕੀਕਤ ਪੁੱਛੋ ਤਾਂ ਸਾਡੇ ਥੱਕੇ ਹੋਏ ਗਲੇ ਵੀ ਬੜੀ ਖੂਬਸੂਰਤ ਪੇਸ਼ ਕਰਦੇ ਨੇ। ਤੁਹਾਨੂੰ ਮੁਬਾਰਕਬਾਦ ਪੇਸ਼ ਕਰਨਾ ਤੁਹਾਨੂੰ ਵੀ ਕਿ ਤੁਸੀਂ ਵੀ ਬੜੀ ਦੇਰ ਤੋਂ ਹਜ਼ੂਰ ਦੀ ਮਹਿਫਲ ਦੇ ਵਿੱਚ ਤਸ਼ਰੀਫ ਫਰਮਾਨ ਹੋ ਅਤੇ ਮਹਿਫਲ ਸੁਣ ਰਹੇ ਹੋ। ਅੱਲਾ ਕਰੀਮ ਤੁਹਾਡੀ ਹਾਜ਼ਰੀ ਆਪਣੀ ਮਾਰਗ ਵਿੱਚ ਕਬੂਲ ਫਰਮਾਨ, ਇੱਕ ਵਾਰੀ ਮੁਹੱਬਤ ਨਾਲ ਦਰੂਦ ਪਾਕ ਨਜ਼ਰ ਨਾਲ ਪੇਸ਼ ਕਰੇ। ਸੱਲੱਲਾਹੁ ਅਲੈਕਾ ਯਾ ਰਸੂਲ੍ਲਾਹ ਵਸੱਲਮ ਅਲੈਕਾ ਯਾ ਹਬੀਬੱਲਾਹ। ਮੈਂ ਕਿਬਲਾ ਮੈਂ ਕਿਬਲਾ ਮੈਂ ਕਿਬਲਾ ਭਾਈ ਇਮਰਾਨ ਸਾਹਿਬ ਦਾ ਹੁਕਮ ਵੀ ਹੋਇਆ, ਮੈਂ ਰੁਬਾਈ ਤੋਂ ਅਗਾਜ਼ ਕਰ ਰਿਹਾ ਔਰ ਉਹਨਾਂ ਦੀ ਫਰਮਾਇਸ਼ ਵੀ ਹੈ। ਇੱਕ ਵਾਰੀ ਮੁਹੱਬਤ ਕਹਿ ਦੇ ਸੁਭਾਨ ਅੱਲਾਹ। ਹਾਂ ਸਰਦਾਰ ਜਹਾਂ
ਰੱਖੀ ਗਿਆ ਹਾਲ ਬਿਮਾਰ ਯਾਰ ਬਜੋ ਹੁਣ ਜੀਵਨ ਕੂੜੇ ਦਿਲ ਵਿੱਚ ਦਰਦ ਹਜ਼ਾਰ ਗੁਲਾਬ ਫਰੀਦਾ ਮੈਂ ਫਿਰੋਆ ਜਿਵੇਂ ਵਿਛੜੇ ਕੋਝ ਖਤਾਰਾ ਉਹ ਜ਼ੋਰ ਮੇਰੇ ਤੋਂ ਸਾਰੇ ਤਸ਼ਰੀਫ ਲੈ ਕੇ ਆਏ ਬੜੀ ਮੁਹੱਬਤ ਕਰਦੇ ਨੇ ਅੱਲਾ ਕਰੀਮ ਦੀ।